17 टीचर आ साडे स्कूल च, परसों मैं आया सिर्फ 2 टीचर, कहिंदे जी 15 दी ड्यूटी लगी है जी। सीनियर सैकेंडरी स्कूल के बच्चे और इदां लिबास छड्डे हुए भी जिदा उन्हां दा कोई माई बाप ने स्कूलों कढ के मुंडा कुट दिता बाहरों आण के मुंडिया ने, यानी कि कानून व्यवस्था ना दी इत्थे कोई चीज़ नहीं। पंजाब सरकार दे वल्लों सूबे दे सिक्ख्या दे पद्धर नूं उच्चा चुकण दे लई कई तरह दे वड्डे ऐलान कीते जा रहे ने, पर फिर भी पंजाब दे कई सरकारी स्कूलों दे विच अध्यापकां दी गिणती पूरी ना होण दे मामले अक्सर सामने आउंदे रहिंदे ने। इसे तरह दा इक मामला कपूरथला जिले दे पिंड लखण कलां दे विच सामने आया है, जिथे पिंड वासियां दे वल्लों पिंड दे सरकारी स्कूल दे विच अध्यापक ना होण दी वजह दे नाल स्कूल नूं ताला लगा दिता गया। इस मौके पिंड वासियां ने दस्सिया कि स्कूल दे विच कुल 17 अध्यापक सरकार दे वल्लों लगाए गए ने, पर उन्हां दे विचों 15 अध्यापकां दी ड्यूटी सरकार दे वल्लों कितें होर लगा दिती गई, जिस दे नाल बच्चियां दी पढ़ाई ते बहुत ही बुरा असर पै रहा है। पिंड वासियां ने सरकार तों मंग कीती कि उन्हां दे स्कूल नूं बणदा स्टाफ सरकार दे वल्लों जल्दी तों जल्दी मुहैया करवाया जावे। मेरा नाम सतनाम सिंह है जी, ਮਸੀਹ ਮੇਰੀ ਸਰਪੰਚ ਆ ਪਿੰਡ ਦੀ, ਅਤੇ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਸਾਡੇ ਸਕੂਲ ਦਾ ਜਿਹੜਾ ਮਾਹੌਲ ਆ ਉਹ ਮੁਖੀ ਬਹੁਤ ਵਧੀਆ ਨਹੀਂ ਸੀ। ਅਸੀਂ ਸਕੂਲ ਸਟਾਫ ਜਦੋਂ ਸਾਨੂੰ ਕੋਈ ਵੀ ਗੱਲ ਕਰਦਾ ਆ, ਕੋਈ ਕੰਮ ਦੀ ਗੱਲ ਹੋਵੇ, ਕੋਈ ਅਨੁਸ਼ਾਸਨ ਰੱਖਣ ਦੀ ਗੱਲ ਹੋਵੇ, ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਆ ਸਕੂਲ ਨੂੰ, ਤਾਂ ਅਸੀਂ ਪਹਿਲ ਦੇ ਆਧਾਰ 'ਤੇ ਸਾਰੇ ਕੰਮ ਛੱਡ ਕੇ ਉਹਨਾਂ ਕੰਮ ਅਸੀਂ ਪਿੰਡ 'ਚ ਨਹੀਂ ਕਰਾਉਂਦੇ ਜਿੰਨਾ ਅਸੀਂ ਸਕੂਲ ਦੇ ਵਿੱਚ ਸਾਡੀ ਪਹਿਲ ਹੁੰਦੀ ਆ ਵੀ ਸਕੂਲ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ, ਕਿਉਂਕਿ ਸਾਡਾ ਭਵਿੱਖ ਆ ਇੱਥੇ, ਸਾਡਾ ਭਵਿੱਖ ਇੱਥੇ ਵੱਧ ਰਿਹਾ, ਪੜ੍ਹ ਰਿਹਾ ਔਰ ਸਿਕਸ਼ਿਤ ਹੋ ਰਿਹਾ, ਅਤੇ ਸਾਡੇ ਭਵਿੱਖ ਨਾਲ ਹੀ ਜਦੋਂ ਖਿਲਵਾੜ ਹੋਣ ਲੱਗ ਪਵੇ ਅਤੇ ਕਿਸੇ ਦੇ ਵੀ ਭਵਿੱਖ ਨਾਲ ਖਿਲਵਾੜ ਹੋਊਗੀ ਤਾਂ ਉਹ ਭੜਕੂਗਾ। ਮਹਿਕਮੇ ਨਾਲ ਬੜੀ ਵਾਰੀ ਗੱਲ ਕੀਤੀ, ਡੀ ਓ ਸਾਹਿਬ ਨਾਲ ਗੱਲ ਕੀਤੀ ਵੀ ਸਾਡੇ ਸਕੂਲ ਦੀਆਂ ਆਹ ਕਮੀਆਂ ਆ ਅਤੇ ਸਾਨੂੰ ਆਹ ਪਰੇਸ਼ਾਨੀਆਂ ਦੂਰ ਕਰ ਦਿਓ, ਪਰ ਅੱਜ ਤੱਕ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। 17 ਟੀਚਰ ਆ ਸਾਡੇ ਸਕੂਲ 'ਚ, ਪਰਸੋਂ ਮੈਂ ਆਇਆ ਸਿਰਫ 2 ਟੀਚਰ, ਕਹਿੰਦੇ ਜੀ 15 ਦੀ ਡਿਊਟੀ ਲੱਗੀ ਹੋਈ ਹੈ। 2 ਟੀਚਰ ਉਹਦੇ ਵਿੱਚੋਂ ਵੀ ਇੱਕ ਮੈਡਮ ਜਿਹੜੀ ਉਹ ਐਡਮਿਸ਼ਨਾਂ ਕਰ ਰਹੀ ਆ, ਨਵੇਂ ਬੱਚਿਆਂ ਦੀਆਂ ਐਡਮਿਸ਼ਨਾਂ ਕਰ ਰਹੀ ਆ, ਅਤੇ ਰਹਿ ਗਏ ਸਿਰਫ 1 ਟੀਚਰ, ਉਹ ਆਪਣੇ ਕੰਪਿਊਟਰ 'ਤੇ ਲੱਗਾ ਹੋਇਆ, ਅਤੇ ਸੀਨੀਅਰ ਸੈਕੈਂਡਰੀ ਸਕੂਲ ਦੇ ਬੱਚੇ ਔਰ ਇੱਦਾਂ ਹੀ ਲਿਬਾਸ ਛੱਡੇ ਹੋਏ ਵੀ ਜਿੱਦਾਂ ਉਹਨਾਂ ਦਾ ਕੋਈ ਮਾਈ ਬਾਪ ਨੇ। ਉਸ ਤੋਂ ਇੱਕ ਦਿਨ ਪਹਿਲਾਂ ਸਕੂਲੋਂ ਕੱਢ ਕੇ ਮੁੰਡਾ ਕੁੱਟ ਦਿੱਤਾ ਬਾਹਰੋਂ ਆਣ ਕੇ ਮੁੰਡਿਆਂ ਨੇ, ਯਾਨੀ ਕਿ ਕਾਨੂੰਨ ਵਿਵਸਥਾ ਨਾ ਦੀ ਇੱਥੇ ਕੋਈ ਚੀਜ਼ ਨਹੀਂ। ਕਿੰਨੇ ਬੱਚੇ ਪੜ੍ਹਦੇ? ਬੱਚੇ 150 ਤੋਂ ਉੱਪਰ ਆ ਜੀ। ਮੰਗ ਕਰਦੇ ਹਾਂ, ਸਾਡੀਆਂ ਮੰਗਾਂ ਸੁਣੀਆਂ ਜਾਣ, ਜੋ ਯੋਗ ਸਟਾਫ ਇੱਥੇ ਬਣਦਾ ਉਹ ਦਿੱਤਾ ਜਾਵੇ। ਸਾਡਾ ਇੱਕ ਸੇਵਾਦਾਰ 2.5 ਸਾਲ ਤੋਂ ਉਹ ਬਾਹਰ ਕਿਤੇ ਨੌਕਰੀ ਕਰ ਰਿਹਾ ਅਤੇ ਤਨਖਾਹ ਜਿਹੜੀ ਉਹ ਸਾਡੇ ਸਕੂਲ 'ਚੋਂ ਜਾ ਰਹੀ ਆ। ਕਲਰਕ ਦੀ ਪੋਸਟ ਹੈਗੀ ਆ, ਉਹ ਵੀ ਜੁਆਇਨਿੰਗ ਨਹੀਂ ਕਰ ਰਿਹਾ। ਸਕੂਲ ਦੇ ਵਿੱਚ ਜਿੰਦਰਾ ਲੱਗਣ ਤੋਂ ਬਾਅਦ ਸਕੂਲ ਪਹੁੰਚੇ ਇੱਕ ਸਕੂਲ ਅਧਿਆਪਕ ਨੇ ਕਿਹਾ ਕਿ ਉਹ ਸਕੂਲ ਦੇ ਵਿੱਚ 4 ਅਧਿਆਪਕ ਨੇ ਅਤੇ ਉਹਨਾਂ ਦੇ ਵਿੱਚੋਂ 3 ਦੀ ਸਰਕਾਰ ਦੇ ਵੱਲੋਂ ਪੇਪਰਾਂ ਦੇ ਵਿੱਚ ਡਿਊਟੀ ਲਗਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਕੂਲ ਨੂੰ ਪਿੰਡ ਵਾਸੀਆਂ ਦੇ ਵੱਲੋਂ ਜਿੰਦਰਾ ਲਗਾਉਣ ਬਾਰੇ ਉਹਨਾਂ ਦੇ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਹੁਤ ਹੀ ਜਲਦ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਜੀ, ਕੀ ਪੋਸਟ ਤੁਹਾਡੀ? ਮੇਰੀ ਡੀਪੀ ਦੀ ਪੋਸਟ ਆ ਜੀ। ਇੱਥੇ 3 ਲੈਕਚਰਰ ਆ ਸਾਡੇ, ਇੰਗਲਿਸ਼ ਦੇ, ਹਿਸਟਰੀ ਦੇ, ਪੰਜਾਬੀ ਦੇ ਜੀ। ਅਤੇ ਉਹ ਅੱਜ ਕੱਲ੍ਹ ਪੇਪਰਾਂ 'ਚ ਡਿਊਟੀ ਲੱਗੀ ਉਹਨਾਂ ਦੀ ਜੀ ਜੀ ਤਿੰਨਾਂ ਦੀ। ਮੋਸਟਲੀ ਸਾਡਾ ਸਟਾਫ ਜਿਹੜਾ ਉਹ ਪੇਪਰਾਂ ਦੀ ਡਿਊਟੀ 'ਤੇ ਆ ਜੀ ਜੀ। ਅਤੇ ਅਸੀਂ 4 ਮੈਂਬਰ ਹਾਂ ਜੀ ਇੱਥੇ ਆ ਰਹੇ ਜੀ ਜੀ ਵਿਦ ਕੰਪਿਊਟਰ ਜੀ। ਪਰ ਤੁਸੀਂ ਬਾਹਰ ਕਿਉਂ ਖੜ੍ਹੇ ਇੱਥੇ? ਬਾਹਰ ਇੱਦਾਂ ਵੀ ਅਸੀਂ ਤਾਂ ਸਡਨਲੀ ਆਈ ਜਦੋਂ 6:45 ਵਜੇ, ਅਤੇ ਸਰਪੰਚ ਸਾਹਿਬ ਨੇ ਜਿੰਦਾ ਲਾਇਆ। ਮੈਂ ਪੀ ਐੱਨ ਨੂੰ ਪੁੱਛਿਆ, ਮੈਂ ਕਿਹਾ ਵੀ ਕੀ ਗੱਲ, ਅੱਜ ਲੋਕ ਨਹੀਂ ਖੁੱਲ੍ਹੇ ਤੇ? ਕਹਿੰਦੇ ਜੀ ਉੱਥੇ ਲੋਕ ਸਰਪੰਚ ਸਾਹਿਬ ਲਾ ਗਿਆ ਆਪਣਾ ਜੀ। ਸਰਪੰਚ ਕੋਲ ਇੰਨੀ ਪਾਵਰ ਹੈਗੀ ਤੁਹਾਡਾ ਗੇਟ ਲਾ ਦੇਵੇ? ਸਰਕਾਰੀ ਗੇਟ ਹੈ। ਦੇਖੋ ਜੀ, ਹੁਣ ਉਹ ਪਿੰਡ ਆ ਜੀ, ਅਸੀਂ ਤਾਂ ਇੰਪਲਾਈ ਹਾਂ, ਅਸੀਂ ਤਾਂ ਨੌਕਰ ਹਾਂ। ਨਹੀਂ, ਤੁਸੀਂ ਸਰਕਾਰੀ ਕਰਮਚਾਰੀ? ਅਸੀਂ ਸਰਕਾਰੀ ਕਰਮਚਾਰੀ, ਅਸੀਂ ਇਨਫੋਰਮ ਕਰ ਦਿੱਤਾ ਜੀ ਉੱਪਰ ਜੀ ਜੀ, ਡੀ ਓ ਸਾਹਿਬ ਨੂੰ, ਡਿਪਟੀ ਸਾਹਿਬ ਨੂੰ ਕਰ ਦਿੱਤਾ ਜੀ, ਪ੍ਰਿੰਸੀਪਲ ਸਾਹਿਬ ਨੂੰ ਜੀ ਜੀ, ਜਿਹੜੇ ਸਾਡੇ ਸਕੂਲ ਦੇ ਇੰਚਾਰਜ ਆ ਉਹਨਾਂ ਨੂੰ ਵੀ ਕਰ ਦਿੱਤਾ ਜੀ ਜੀ ਜੀ। ਔਜਲਾ ਜੀ ਆ ਜੀ ਸਕੂਲ ਦੇ ਇੰਚਾਰਜ ਜੀ, ਮੌਕੇ ਆ ਰਹੇ ਇੱਥੇ ਸਾਰੇ? ਨਹੀਂ, ਉਹਨਾਂ ਦੀ ਪੇਪਰ 'ਚ ਡਿਊਟੀ ਆ ਜੀ, ਉਹ ਕਹਿੰਦੇ ਮੈਂ ਕੋਈ ਨਹੀਂ ਫੋਨ ਕਰਦਾ ਜੀ ਮੈਂ ਫਿਰ ਤੁਹਾਨੂੰ ਜੀ ਜੀ। ਹਾਂਜੀ, ਅਤੇ ਨਵਚੇਤਨ ਵੀ ਆ ਰਹੇ ਇੱਥੇ? ਸਰ ਜੀ ਨਾਲ ਗੱਲ ਹੋਈ ਸੀ, ਉਹਨਾਂ ਨੇ ਫੋਨ ਨਹੀਂ ਜੀ, ਉਹਨਾਂ ਨੇ ਪਿਕਅਪ ਨਹੀਂ ਚੱਕ ਕੀਤਾ। ਨਵਚੇਤਨ ਇੱਥੇ ਕਿਹੜੀ ਪੋਸਟ 'ਤੇ ਆ, ਕੀ ਆਉਂਦੇ ਕਰਨ? ਸਰਦਾਰ ਨਵਚੇਤਨ ਸਿੰਘ ਸਾਡੇ ਡੀ ਡੀ ਓ ਹੈ ਜੀ। ਹਾਂਜੀ, ਕਿਉਂਕਿ ਸਾਡੇ ਪਰਮਾਨੈਂਟ ਪ੍ਰਿੰਸੀਪਲ ਨਹੀਂ ਸਰ ਇੱਥੇ, ਪਰਮਾਨੈਂਟ ਪ੍ਰਿੰਸੀਪਲ ਨਹੀਂ ਇੱਥੇ, ਉਹਨਾਂ ਕੋਲ ਅਡੀਸ਼ਨਲ ਚਾਰਜ ਆ, ਉੱਦਾਂ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਵਿੱਚ ਆ ਪ੍ਰਿੰਸੀਪਲ। ਉਹ ਆ ਰਹੇ ਇੱਥੇ?
ਇੱਥੇ ਗੱਲ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਿੱਲੀ ਦੌਰੇ ਤੇ ਗਏ ਸੀ ਜਿੱਥੇ ਉਹਨਾਂ ਦੇ ਵੱਲੋਂ ਰਾਜਧਾਨੀ ਦੇ ਸਕੂਲਾਂ ਦਾ ਨਿਰੀਖਣ ਕੀਤਾ ਗਿਆ ਸੀ ਅਤੇ ਪੰਜਾਬ ਦੇ ਸਕੂਲਾਂ ਨੂੰ ਵੀ ਦਿੱਲੀ ਦੀ ਤਰਜ਼ ਤੇ ਬਣਾਉਣ ਦੇ ਵੱਡੇ ਵੱਡੇ ਦਾਅਵੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕੀਤੇ ਗਏ ਸੀ ਪਰ ਸੂਬੇ ਦੇ ਸਕੂਲਾਂ ਦੀ ਜ਼ਮੀਨੀ ਹਕੀਕਤ ਫਿਲਹਾਲ ਕੁਝ ਹੋਰ ਹੀ ਬਿਆਨ ਕਰਦੀ ਹੈ ਹੁਣ ਵੇਖਣਾ ਹੋਵੇਗਾ ਕਿ ਅਖੀਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਕਦੋਂ ਤੱਕ ਸੁਧਰ ਪਾਉਂਦੀ ਹੈ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਦੀ ਰਿਪੋਰਟ ਪੰਜਾਬੀ ਲੋਕ ਚੈਨਲ